ਸਸਿਕਾਲ ਦੋਸਤੋ ਮੈਂ ਗੁਰਮੁਖ ਸੰਤੂ ਜੱਟ ਬਾਬੇ ਟੈਲੀਵਿਜ਼ਨ ਦੇ ਨਾਲ ਤੁਸੀਂ ਜੁੜਿਓ ਦੋਸਤੋ ਮੈਂ ਅੱਜ ਖੜੇ ਹਾਂ ਪਿੰਡ ਡੂਡੀਆਂ ਮੂਨ ਕਿਦ ਲਵੇ ਪੈ ਜਾਂਦਾ ਜ਼ਿਲ੍ਹਾ ਸੰਗਰੂਰ ਯਾਰ ਇੱਥੇ ਕਿਹੜੇ ਬਜ਼ੁਰਗ ਨੇ ਨਾ ਇਹਨਾਂ ਦੀ ਵਿਚਾਰਾਂ ਦੀ ਅੱਧਾ ਕਿਲਾ ਜ਼ਮੀਨ ਆ ਤੇ ਹੁੰਦਾ ਕੀ ਆ ਇਸ ਜ਼ਮੀਨ ਦੇ ਉੱਪਰ ਰਾਤ ਨੂੰ ਕੋਈ ਰਾਉਂਡ ਅਪ ਕਰ ਜਾਂਦਾ ਅਤੇ ਇਹ ਜ਼ਮੀਨ ਇਹਦੇ ਵਿੱਚ ਸਰੋਂ ਵੀ ਜੀ ਉਸ ਨਾਲ ਕਿਹੜੇ ਬਾਪੂ ਦੇ ਹੱਥਾਂ 'ਚ ਨੇ ਨਾ ਅਮਰੂਦਾਂ ਦੇ ਬੂਟੇ ਲਾਏ ਹੋਏ ਸੀ ਵੀ ਬਾਗ ਹੋ ਜੇ ਛੋਟਾ ਮੋਟਾ ਤੇ ਅਮਰੂਦ ਹੋਣ ਲੱਗ ਜਾਣ ਤਾਂ ਵੇਚ ਦਿਆ ਕਰਾਂਗੇ ਜਿਹੜਾ ਘਰ ਦਾ ਗੁਜ਼ਾਰਾ ਉਹ ਹੋ ਜਾ ਕਰੂਗਾ ਪਰ ਇਹਨਾਂ ਦੀ ਕਿਸੇ ਆਪਦੇ ਨੇ ਇਹਨਾਂ ਦੇ ਅਨੁਸਾਰ ਗਰਮੰਨੀਏ ਸਕਿਆਂ ਚੋਂ ਕੋਈ ਦੁਸ਼ਮਣੀ ਕੱਢਣ ਦੇ ਮਾਰੇ ਨੇ ਰਾਤ ਨੂੰ ਸਾਰੀ ਤੇ ਰਾਉਂਡ ਅਪ ਕਰਤੀ ਤੇ ਅਮਰੂਦਾਂ ਦੇ ਜਿਹੜੇ ਬੂਟੇ ਨੇ ਉਹ ਸਾਰੇ ਪੱਟਦੇ ਹੁਣ ਇਹ ਬਜ਼ੁਰਗ ਤੇ ਇਹਨਾਂ ਦਾ ਜਿਹੜਾ ਪਰਿਵਾਰ ਹੈ ਪੁਲਿਸ ਕੋਲੇ ਗਿਆ ਪੁਲਿਸ ਵੀ ਕੋਈ ਕਾਰਵਾਈ ਨਹੀਂ ਕਰ ਰਹੀ ਮੈਂ ਬਾਪੂ ਤੋਂ ਪੁੱਛਦਾ ਬਾਪੂ ਜੀ ਨਾਮ ਕੀ ਆ ਤੇ ਪਿੰਡ ਕਿਹੜਾ ਤੁਹਾਡਾ ਹਰਦਿਆਲ ਮੇਰਾ ਨਾਮ ਹੈ ਜੀ ਪਿੰਡ ਦੂੜੀਆਂ ਪਿੰਡ ਦੂੜੀਆਂ ਤੇ ਬਾਪੂ ਇਹ ਐਂ ਦੱਸ ਵੀ ਇਹਦੇ ਵਿੱਚ ਤਾਂ ਕੀ ਬੀਜਿਆ ਸੀ ਕਿੰਨੀ ਜ਼ਮੀਨ ਆ ਇਹ ਸਾਰਾ ਦੱਸ ਮੜਾ ਜਾ ਅੱਧਾ ਕਿਲਾ ਜੀ ਆ ਜ਼ਮੀਨ ਕਾ ਪਹਿਲਾਂ ਮੈਂ ਪੇਡੇ ਲਾਏ ਪੇਡਿਆਂ ਤੋਂ ਬਾਅਦ ਮੈਂ ਸਰੋਂ ਦੇ ਖੁੱਡ ਕੱਢਦੀ ਤੇ ਜਿਹੜੀ ਜਗ੍ਹਾ ਵਿਹਲੀ ਸੀ ਉਸ ਵਿੱਚ ਸਰੋਂ ਮੇਰੀ ਹੋ ਗਈ ਦੀ ਬਹੁਤ ਵਧੀਆ ਹੂੰ ਹੂੰ ਇਹ ਤਾਂ ਐਂ ਜਿਵੇਂ ਫੇਰ ਮਾਰ ਦਿੱਜੀ ਨਾ ਵਿੱਚ ਅਮਰੂਦਾਂ ਦੇ ਬੂਟੇ ਲਾਰ ਕੇ ਹਾਂ ਹਾਂ ਜੀ ਵਿੱਚ ਅਮਰੂਦਾਂ ਦੇ ਬੂਟੇ ਆ ਇਹ ਰਾਤ ਨੂੰ ਕੋਈ ਕਦੋਂ ਕਰਕੇ ਗਿਆ ਇਹਦੇ ਵਿੱਚ ਰਾਉਂਡ ਆਪਾ 7:30 ਵਜੇ ਜੀ ਤੇ ਤਰੀਕ ਜ਼ਿਆਦਾ ਕੋਈ ਨਹੀਂ ਜੀ ਤਰੀਕ ਐਨਾ ਕਿ ਟਾਈਮ ਹੋ ਗਿਆ ਬੋਟਾ ਤੋਂ ਇੱਕ ਦਿਨ ਮਗਰੋਂ ਬੋਟਾ ਤੋਂ ਇੱਕ ਦਿਨ ਮਗਰੋਂ ਹਾਂ ਜੀ ਤੇ ਰਾ ਵੀ ਤੁਹਾਨੂੰ ਦੱਸਿਆ ਕਿ ਨਹੀਂ ਵੀ ਛੋਟੀ ਕਿਹੜੀ ਫਸਲ ਆ ਉਹਦੇ ਉੱਪਰ ਸਪਰੇਅ ਕਰਕੇ ਕੋਈ ਮੁੰਡਾ ਆ ਗਿਆ ਮੇਰਾ ਇੱਧਰ ਤਾਂ ਗੁੱਡੂ ਸਰਦਾਰ ਨਾਲ ਨੌਕਰ ਹੈ ਹਾਂ ਉਹ ਰੋਜ਼ ਕਿਹੜਾ ਮਾਰਿਆ ਉਹ ਸ਼ਾਮ ਨੂੰ ਅੱਛਾ ਉਹਨੂੰ ਸ਼ਾਮ ਨੂੰ ਇਹ ਟਾਈਮ ਲੱਗਿਆ ਹਾਂ ਉਸ ਨੇ ਉੱਥੇ ਤੇ ਰੁੱਕਾ ਮਾਰਿਆ ਪਿਆਉਂਦਾ ਰਿਹਾ ਤੂੰ ਨਾਲ-ਨਾਲ ਦਿਖਾਉਂਦਾ ਰਿਹਾ ਬਾਪੂ ਨਾਲ ਗੱਲ ਵੀ ਚੱਲਦੀ ਰਹੂਗੀ ਕਿ ਕਿਸ ਤਰ੍ਹਾਂ ਸਰੋਂ ਦੇ ਉੱਪਰ ਰਾਉਂਡ ਅਪ ਕਰੀਆ ਅੱਛਾ ਫੇਰ ਹਉ ਜੀ ਫੇਰ ਹੀ ਢੋਲੀ ਟੀ ਨਾ ਪੈ ਹਾਂ ਕੇਵਲ ਬੈਡੂ ਇਸ ਪੈ ਕਾ ਕੇਵਲ ਬੈ ਢੋਲੀ ਲੱਦੀ ਹੋਈ ਐ ਹਾਂ ਉਹ ਸਪਰੇਅ ਕਰਿਆ ਹਾਂ ਲੀਲਾ ਨੇ ਤੇ ਜੀਵਨ ਨੇ ਸਰੋਂ ਪਾੜੀ ਐ ਕੌਣ ਨੇ ਇਹ ਲੀਲਾ ਜੀਵਨ ਦੇ ਕੌਣ ਨੇ ਇਹ ਇਹ ਆ ਜੀ ਮੇਰੇ ਜਿਹੜਾ ਜੀਵਨ ਐ ਤੇ ਪੁੱਤ ਜਾਂ ਹਾਂ ਜਿਹੜਾ ਲੀਲਾ ਐ ਮੇਰਾ ਭਰਾ ਛੋਟੇ ਸਕੇ ਭਾਈਆਂ ਨੇ ਕੰਮ ਕਰਤਾ ਹਾਂ ਸਕੇ ਭਾਈਆਂ ਨੇ ਕਰੇ ਜੀ ਕਾਰਨ ਕੀ ਦੁਸ਼ਮਣੀ ਕੀਤੀ ਦੁਸ਼ਮਣੀ ਜੀ ਆਹੀ ਟੀ ਵਸਿਆ ਵੀ ਇਹ ਪਹਿਲਾਂ ਜ਼ਮੀਨ ਦਾ ਕੇਹ ਚੱਲਦਾ ਸੀ ਸਾਡਾ ਹਾਂ ਕੋਰਟ ਨੇ ਮੇਰੇ ਹੱਕ 'ਚ ਕਰਤਾ ਹਾਂ ਹੈ ਇਹਦੇ ਵੇ ਬੇਹੱਕਾ ਹੋ ਗਿਆ ਹਾਂ ਅੱਛਾ ਇਹ ਫਿਰ ਹੁਣ ਫਸਲ ਨਹੀਂ ਛੱਡਦਾ ਕੋਰਟ ਨੇ ਛੋਟੇ ਹੱਕ 'ਚ ਕਰਿਆ ਕਿਵੇਂ ਛੋਟੇ ਨੌਕਰ ਹੋਈ ਸੀ ਜਮੀਨ ਛੋਟੇ ਬਜ਼ੁਰਗ ਨੌਕਰ ਨੌਏ ਜੀ ਮੇਰੇ ਜ਼ਮੀਨ ਤਾਂ ਅੱਛਾ ਉਹ ਧੱਕੇ ਨਾਲ ਹੀ ਮੰਗਦਾ ਸੀ ਛੋਟੇ ਹਾਂ ਧੱਕੇ ਨਾਲ ਮੰਗੇ ਜੀ अच्छा भी चल यार अपने मन ने है चल ਤੁਹਾਡਾ ਕੋਟ ਕੇ ਚ ਲੈ ਜਾ ਕੋਈ ਦੁਸ਼ਮਣੀ ਆ ਤਾਂ ਥਾਣੇ ਕਚੈਰੀਆਂ ਚ ਦੇਖ ਲੋ ਬੰਦੇ ਨਾਲ ਲੜਪੋ ਇਹ ਕੀ ਗੱਲ ਬਣੀ ਵੀ ਤੁਸੀਂ ਆ ਕੇ ਅਗਲੇ ਦੀ ਫਸਲ ਪੱਟ ਕੇ ਸਪਰੇਅ ਕਰ ਗਏ ਫਸਲ ਦੇ ਉੱਪਰ ਹੈ ਨਾ ਤੇ ਨਾਲ ਅਮਰੂਦਾਂ ਦੇ ਬੂਟੇ ਪੱਟ ਕੇ ਬੜੀ ਇਹ ਤਾਂ ਹੁੰਦੀ ਆ ਯਾਰ ਬੜੇ ਨਾ ਨਮਰਤੇ ਚ ਬੰਦੇ ਵਾਲਾ ਕੰਮ ਕਰਿਆ ਵੀ ਆਹ ਕੰਮ ਕਰਕੇ ਹੁਣ ਇਹ ਇਹ ਤਾਂ ਲਾ ਲਓ ਵੀ ਕਿਹੜੀ ਫਸਲ ਹੁੰਦੀ ਆ ਇਹ ਇਹ ਤਾਂ ਪਾਪ ਹੀ ਬਹੁਤ ਵੱਡਾ ਸਪਰੇਅ ਕਰ ਰਹੇ ਹੋ ਤੁਸੀਂ ਵੀ ਕਿਸੇ ਖੜੀ ਫਸਲ ਦੇ ਉੱਪਰ ਸਪਰੇਅ ਕਰ ਰਹੇ ਹੋ ਤਾਂ ਇਹਦੇ ਵਰਗਾ ਤਾਂ ਕੋਈ ਪਾਪ ਹੀ ਨਹੀਂ ਹੈਗਾ اچھا ਬਾਪੂ ਉਸ ਤੋਂ ਬਾਅਦ ਕਦੋਂ ਸਪਰੇਅ ਕਰਕੇ ਗਿਆ ਫਿਰ ਤੁਸੀਂ ਤਾਂ ਰਿਪੋਰਟ ਦਿੱਤੀ ਹਣੀ ਥਾਣੇ 'ਚ ਥਾਣੇ ਗਏ ਆਂ ਜੀ ਅਮੇ ਹਾਂ ਅੱਛਾ ਪੂਰੇ ਤੇ ਫੋਟੋਆਂ ਵੀ ਤਾਰ ਕੇ ਲੈ ਕੇ ਆਏ ਤਾਂ ਥਾਣੇ 'ਪੇ ਫੋਟੋਆਂ ਪੜੀਆਂ ਜੀ ਫੋਟੋ ਤੁਸੀਂ ਲੈ ਕੇ ਦੇ ਖਿੱਚ ਕੇ ਹਾਂ ਜੀ ਫਿਰ ਫਿਰ ਕੀ ਕਹਿੰਦੇ ਥਾਣੇ ਵਾਲੇ ਕੋਈ ਸੁਣਦੀ ਨਹੀਂ ਜੀ ਜਮੀਨੀ ਸੁਣਦੇ ਥਾਣੇ ਵਾਲੇ ਥਾਣੇ ਵਾਲਿਆਂ ਨੇ ਗੱਲ ਹੀ ਨਹੀਂ ਕਰੀ ਛੋਟੇ ਨਾਲ ਨਹੀਂ ਕੋਈ ਗੱਲ ਕਰੀ ਕੀ ਕਹਿੰਦੇ ਉਲਟਾ ਕਹਿੰਗੇ ਰਾਜੀ ਬੰਦਾ ਕਰ ਲੋ ਸਮਝੌਤਾ ਕਰ ਲੋਗੇ ਐ ਕਹਿੰਦੀ ਪੁਲਿਸ ਹਾਂ ਵੀ ਰਾਜੀਨਾਮਾ ਕਰ ਲੋ ਚਲ ਜੇ ਰਾਜੀਨਾਮਾ ਕਰ ਲੋ ਐ ਨਹੀਂ ਕਹਿ ਵੀ ਤੁਹਾਨੂੰ ਪੈਸੇ ਦਵਾ ਦਾਂਗੇ ਇਹਦੇ ਕਿਹੜਾ ਨੁਕਸਾਨ ਹੋਇਆ ਨਾ ਯਾ ਕੋਈ ਗੱਲ ਨਹੀਂ ਕੀ ਵੀ ਬਸ ਤੁਸੀਂ ਸਿੱਧਾ ਰਾਜੀਨਾਮਾ ਕਰ ਲੋ ਹਾਂ ਸੱਦਾ ਨਾਮ ਕਿਸ ਨੇ ਕਿਹਾ ਨਹੀਂ ਮੇਰਾ ਤਾਂ ਨੁਕਸਾਨ ਹੋ ਗਿਆ ਰਾਜੀਨਾ ਮੈਂ ਕਿਹਾ ਤਾਂ ਜੀ ਮੈਂ ਤਾਂ ਮੈਂ ਤੇ ਖੇਤੋਂ ਜਾ ਕੇ ਦੇਖ ਮੇਰਾ ਹਾਂ ਫਿਰ ਕੀ ਕਹਿੰਦਾ ਬੋਲਿਆ ਨਹੀਂ ਜੀ ਬਸ ਚੁੱਪ ਕਰ ਗਿਆ ਭਾਈ ਤੁਸੀਂ ਕੀ ਲੱਗਦੇ ਹੋ ਬਜ਼ੁਰਗਾਂ ਦੇ ਮੈਂ ਇਹਨਾਂ ਦਾ ਮੁੰਡਾ ਹੀ ਅੱਛਾ ਤੁਸੀਂ ਇਹਨਾਂ ਦੇ ਮੁੰਡੇ ਹੋ ਹਾਂ ਜੀ ਛੋਟਾ ਮੁੰਡਾ ਹੀ ਮੈਂ ਸਾਰੇ ਇਹਨਾਂ ਦੇ ਭਾਈ ਇਹ ਕਦੋਂ ਇਹ ਕੰਮ ਹੋਇਆ ਤੇ ਤੁਸੀਂ ਨੇ ਫਿਰ ਤੁਸੀਂ ਵੀ ਨਾਲ ਗਈ ਸੀ ਥਾਣੇ ਹਾਂ ਜੀ ਮੈਂ ਉਹ ਵੀਡੀਓ ਬਣਾ ਕੇ ਲੈ ਕੇ ਗਿਆ ਸੀ ਅਸੀਂ ਐਸਐਸਪੀ ਦੇ ਸੰਗਰੂਰ ਦਰਖਾਸਤ ਪਾਈ ਉਹਨਾਂ ਨੇ ਦਰਖਾਸਤ ਦਿੱਤੀ ਜੀ ਅਸੀਂ ਉਹਨਾਂ ਨੂੰ ਤੇ ਉਹਨਾਂ ਨੇ ਉਸ ਤੋਂ ਬਾਅਦ ਮੂਨ ਕਠਾਣੇ ਨੂੰ ਰੀਫਰ ਕਰੀ ਹੋਣੀ ਉਹ ਭੇਜੀ ਹੋਣੀ ਤੇ ਇਹਨਾਂ ਦੇ ਲਵੇ ਆਣ ਤੋਂ ਬਾਅਦ ਅਸੀਂ ਦੇਖਿਆ ਵੀ ਚਲੋ ਇਹਨਾਂ ਨੂੰ ਕੋਈ ਟਾਈਮ ਲੱਗ ਜਾਂਦਾ ਟਾਈਮ ਵੀ ਦਿੱਤਾ 15-20 ਦਿਨਾਂ ਦਾ ਵੀ ਚਲੋ ਕੋਈ ਗੱਲ ਨਹੀਂ ਟਿਕਾਈ ਨਾਲ ਕੋਈ ਕਰਨਗੇ ਕਾਰਵਾਈ ਪਰ ਦੇਖਦੇ ਦੇਖਦੇ ਜਾਦ ਦਿਨ ਆ ਗਿਆ ਅੱਜ ਤੱਕ ਇਹਨਾਂ ਨੇ ਕੋਈ ਵੀ ਕਾਰਵਾਈ ਨਹੀਂ ਕਰੀ ਕੋਈ ਸਨੇ ਕੋਈ ਗੱਲ ਨਹੀਂ ਅਸੀਂ ਦੇਖਦੇ ਰਹੇ ਚਲ ਕੋਈ ਗੱਲ ਨਹੀਂ ਤੇ ਉਸ ਤੋਂ ਬਾਅਦ ਫਿਰ ਅਸੀਂ ਉਹ ਵੀਰ ਜੀ ਨੂੰ ਮਿਲੇ ਸੋਡੇ ਏਅਰਪੋਰਟਰ ਨੂੰ ਇਹ ਤਾਂ ਕਰਕੇ ਇੱਥੇ ਵੀਡੀਓ ਤਾਂ ਕਲਿੱਕ ਆਏ ਸਾਡੀ ਤਾਂ ਸੁਣਾਈ ਨਹੀਂ ਹੋ ਰਹੀ ਸੁਣਾਈ ਨਹੀਂ ਹੋ ਰਹੀ ਅੱਛਾ ਭਾਈ ਕੋਈ ਹੋਰ ਤੁਹਾਡਾ ਕਿਹੜਾ ਗੁਜ਼ਾਰਾ ਹੋਰ ਕਰਦਾ ਕਿਵੇਂ ਚੱਲਦਾ ਕਰਦਾ ਤਾਂ ਕੀ ਆਈ ਇਹ ਲੰਨਦਾਰੀ ਮੈਂ ਰੰਗ ਪੇਂਟ ਦਾ ਕੰਮ ਕਰ ਦਾਂਦੇ ਆ 3-400 ਰੁਪਏ ਤੇ ਠੀਕ ਹੈ ਇਹਨੇ ਕਰਜਾ ਕਰਜਾ ਲੈ ਕੇ ਫਸਲ ਵੀ ਦਿੰਨੇ ਆ ਚਲ ਜੀ ਹੁਣ ਇਹ ਫਸਲੇ ਮਰ ਗਏ ਜੀ ਇਹ ਕਰਜਾ ਵੀ ਕਿੱਥੋਂ ਦਾਰੂ ਆ ਇਹਨੇ ਮੈਂ ਤਾਂ ਵੱਪੂ ਕੋਈ پیسے ਪੂਸੇ ਫੜ ਕੇ ਕੋਈ ਕਰ ਮੈਂ ਫਿਰ ਵਿਆਜ 'ਚ ਫੜ-ਫੜ پیسے ਲਾਉਂ ਜੀ ਅੱਛਾ ਵਿਆਜ ਤੇ ਫੜ ਕੇ ਤੁਸੀਂ ਇਹ ਫਸਲ ਚੌ ਕਰਦੇ ਵੀ ਕਦੋਂ ਹੋ ਜਾਣਗੇ ਤਾਂ ਮੋੜ ਦਵਾਂਗੇ ਤਾਂ ਮੋੜ ਦਿਆਂਗੇ ਵਿੱਚ ਹੁਣ ਨਾ ਤਾਂ ਵੀ ਜੇ ਸਰੋਂ ਹੋਗੀ ਸਰੋਂ ਨਾਲ ਮੋੜ ਦਿਆਂ ਮੈਂ ਅੱਛਾ ਹਾਂ ਆ ਦੇਖ ਲਓ ਤੁਸੀਂ ਦੇਖੋ ਕਿਵੇਂ ਕੋਈ ਅਬਜ਼ੁਰਗ ਖੜੇ ਨੇ ਮੇਰੇ ਨਾਲ ਹੈਨਾ ਦੇਖੋ ਕਿਵੇਂ ਇਹਦੀ ਵਿਚਾਰੇ ਦੀ ਕਰਜ਼ਾ ਚੱਕ ਕੇ ਬੀਜੀ ਹੋਈ ਫਸਲ ਇਹ ਇਸ ਤਰ੍ਹਾਂ ਅਮਰੂਦਾਂ ਦੇ ਬੂਟੇ ਸੀ ਬਾਗ ਲਾਇਆ ਸੀ ਅੱਧੇ ਕਿਲੇ ਦੇ ਵਿੱਚ ਹੀ ਇਹਨੇ ਵਿੱਚ ਇਹ ਸਰੋਂ ਬੀਜੀ ਦੇਖ ਲਓ ਕਿਵੇਂ ਇਹ ਨੁਕਸਾਨ ਕਰਿਆ ਯਾਰ ਕੱਡਾ ਮਤਲਬ ਕਿੱਡਾ ਪਾਪੀ ਬੰਦਾ ਹੋਊਗਾ ਉਹ ਹੁਣ ਮੈਰਾ ਤਾਂ ਹੁਣ ਮੈਂ ਕੈਮਰੇ ਤੇ ਬੋਲ ਨਹੀਂ ਸਕਦਾ ਕਿ ਉਸ ਬੰਦੇ ਤੇ ਮੈਨੂੰ ਕਿੰਨਾ ਗੁੱਸਾ ਆ ਰਿਹਾ ਕਿ ਇਸ ਕਿਹੜਾ ਗਰੀਬ ਬੰਦੇ ਦਾ ਕਿੱਡਾ ਵੱਡਾ ਨੁਕਸਾਨ ਕਰਿਆ ਉਸ ਬੰਦੇ ਨੇ ਬਾਪੂ ਤੇਰਾ ਹੋਰ ਮਤਲਬ ਤੂੰ ਕੰਮ ਕਰ ਕੋਈ ਨਹੀਂ ਕਰਦਾ ਨਾ ਜੀ ਮੇਰੇ ਕੋਲ ਕੰਮ ਬਣਦੀ ਨਹੀਂ ਹਾਂ ਤੋ ਉਹਰੇ ਬਸ ਮਾੜੀ ਮੋਟੀ ਖੇਤੀ ਹੀ ਕਰ ਲੈਣੇ ਆ ਜਾ ਮਸ਼ੀਨ ਖੇਤੀ ਖੁੱਤੀ ਕਰ ਲਿਆ ਜੇ ਕੋਈ ਗੁੱਡ ਕਟਾਈ ਕਰਾਵਾਂ ਤਾਂ ਜਿਹੜੀ ਦਪਾ ਵਾ ਕਰਾ ਲਈ ਜੇ ਬਾਬੂ ਕੋਈ ਕਿਵੇਂ ਇਹ ਹੁਣ ਤੇਰੀ ਚਲ ਠੀਕ ਆ ਇਹ ਤਾਂ ਬੀਜੀ ਤਰੀਏ ਨੁਕਸਾਨ ਹੋ ਗਿਆ ਇਸ ਤੋਂ ਪਹਿਲਾਂ ਵੀ ਕਦੇ ਕੋਈ ਤਾਂ ਫਸਲ ਬੀਜੀ ਹੋਵੇ ਤੇਰਾ ਨੁਕਸਾਨ ਕਰ ਗਿਆ ਮੱਕੀ ਬੀਜੀ ਤੀ ਜੀ ਅੱਛਾ ਮੱਕੀ ਮੇਰੀ ਪਾੜ ਕੇ ਮੱਕੀ ਰਾਤ ਨੂੰ ਹਾਂ ਇਹ ਉਹ ਗਵੰਡੀਆਂ ਕੀ ਚਰੀ ਉਹ ਚਰੀ ਦੀ ਗਵੰਡੀਆਂ ਕੀ ਚਰੀ ਮੈਂ ਦੇਖ ਕੇ ਕੈਨੀ ਕ ਮੱਕੀ ਸੀ ਮੱਕੀ ਜੀ ਆ ਉੱਠੇ ਤੱਕ ਤੀ ਜੀ ਮੱਕੀ ਸਾਰੀ ਪਟ ਕੇ ਤੇ ਸਾਰੀ ਇਹ ਪਟ ਗਈ ਸਾਰੀ ਇਹ ਛੋਟੇ ਛੋਟੇ ਹੋਈ ਸੀ ਲੈ ਉਫੁੱਟਣੇ ਲੱਗ ਰਿ ਸੀ ਉਹ ਹਾਂ ਮਤਲਬ ਕਿ ਉਹਨੂੰ ਉੱਪਰ ਉੱਪਰੋਂ ਖਤਮ ਕਰ ਗਏ ਸੀ ਕਿਸੇ ਨਾਲ ਜਿਵੇਂ ਆਪਾਂ ਕਹਿੰਨੇ ਆਂ ਮਿੱਟੀ ਭਾਗੇ ਜਿਹਦੇ ਉੱਪਰ ਹਲੇ ਉਗਦਿਓ ਸੀ ਉਹ ਅੱਛਾ ਹਾਂ ਛੋਟੇ ਪੈਦੇ ਹੋਏ ਸਿਲਤਿਓ ਦੋ ਚਾਰ ਦਿਨ ਹੁਣ ਪੁਲਿਸ ਕਹਿੰਦੀ ਹੈ ਕਿ ਸਮਝੌਤਾ ਕਰ ਲੋ ਹੁਣ ਇਹੋ ਜਿਹੇ ਬੰਦਿਆਂ ਨਾਲ ਕੋਈ ਕੀ ਸਮਝੌਤਾ ਕਰੇ ਪਹਿਲਾਂ ਮੱਕੀ ਬੀਜੀ ਇਹਨਾਂ ਨੇ ਮੱਕੀ ਪੱਟ ਗਏ ਹੈਨਾ ਅੱਧੇ ਕੀਲੇ ਚੋਂ ਹੁਣ ਇਹਨੇ ਸਰੋਂ ਬੀਜੀ ਇਹਦੀ ਸਰੋਂ ਦੇ ਉੱਪਰ ਰਾਉਂਡ ਅਪ ਕਰ ਗਏ ਅਮਰੂਦਾਂ ਦੇ ਬੂਟੇ ਲਾਏ ਅਮਰੂਦਾਂ ਦੇ ਬੂਟੇ ਪੱਟ ਗਏ ਸਮਝੌਤਾ ਕਿਵੇਂ ਕਰੇ ਯਾਰ ਕੋਈ ਇਹ ਤਾਂ ਕਾਰਵਾਈ ਕਰਨ ਦਾ ਹੱਕ ਬਣਦਾ ਪੁਲਿਸ ਦਾ ਕਿ ਕਾਰਵਾਈ ਕਰੇ ਇਹਨਾਂ ਨੂੰ ਜੇਲ੍ਹ ਚ ਸਿੱਟੇ ਇਹ ਜੇ ਬੰਦੇ ਨੂੰ ਯਾਰ ਕਿਹੜੇ ਐਦਾ ਮਤਲਬ ਇਹ ਇਨਸਾਨੀਅਤ ਵਾਲਾ ਕੰਮ ਆ ਕੋਈ ਹੈ ਤੇ ਸਾਨੂੰ ਜਾਨ ਤੋਂ ਵੀ ਮਾਰੇ ਗਏ ਇੱਥੋਂ ਸਾਡੇ ਸਿਰ 'ਚ ਸੱਟਾਂ ਮਾਰੀ ਗਈਆਂ 6 6 7 7 ਟਾਂਕੇ ਲੱਗੇ ਹੋਏ ਰੇ ਸਿਰ 'ਚ ਅੱਛਾ ਤੁਹਾਡੇ ਸੱਟਾਂ ਵੀ ਮਾਰੀਆਂ ਹਾਂ ਉਰੇ ਸਿਰ 'ਚ ਟਾਂਕੇ ਲੱਗੇ ਹੋਏ ਆ ਦੇਖੋ ਅੱਛਾ ਵੀਰ ਜਣਕ ਇਹ ਸੱਟਾਂ ਕਿ ਕਿ ਸੱਟਾਂ ਕਿਉਂ ਮਾਰੀਆਂ ਸੀ ਸੱਟਾਂ ਇੱਥੇ ਲੜਾਈ ਕਰ ਲਈ ਜੀ ਅਸੀਂ ਆ ਕੇ ਇੱਥੇ ਅਸੀਂ ਮਤਲਬ ਕਿ ਥੋੜਾ ਕੰਮ ਕਰ ਰਹੇ ਸੀ ਤਿੰਨੇ ਸੀ ਕਮੇਅ ਸੀ ਕਿ ਮੇਰੇ ਪਾਪਾ ਸੀ ਕਿ ਭਰਾ ਸੀ ਹਾਂ ਤੇ ਜਿਵੇਂ ਸੇ ਕੰਮ ਕਰ ਰਹੇ ਸਾਡੇ ਲਈ ਕੋਈ ਸਹਿ ਨਹੀਂ ਸੀ ਇਕੱਲੇ ਕਹੀ ਸੀ ਤੇ ਉਹ ਆਪ ਦਾ ਪੂਰੀ ਤਿਆਰੀ ਨਾਲ ਆਏ ਪਰ ਜਿਵੇਂ ਉਹਨਾਂ ਨੇ ਸਿਰ ਤੋਂ ਬਿਨਾ ਕੀਤੀ ਵੀ ਸੱਟ ਨਹੀਂ ਮਾਰੀ ਸਾਡੇ ਤਿੰਨਾਂ ਦੇ ਵਿੱਚ ਅੱਜ ਵੀ ਟੰਕੇ ਆਕਰ ਉਹ ਦੇਖਦੇ ਆ ਤਾਂ ਤਿੰਨਾਂ ਦੇ ਵਿੱਚ ਸਿਰ ਤੇ ਟੰਕੇ ਨਹੀਂ ਉਹ ਅੱਛਾ ਡਬਲ ਡਬਲ ਬਾਰ ਹੋਇਆ ਜੀ ਸਿਰ ਦੇ ਵਿੱਚ ਕੀ ਲੱਗਦਾ ਤੁਹਾਡਾ ਕੀ ਲੱਗਦਾ ਬੰਦਾ ਉਹ ਲੱਗਦੇ ਤਾਂ ਚਾਚਾ ਜੀ ਨੇ ਜੀ ਅੱਛਾ ਹਾਂ ਤੇ ਨਾਲ ਜਵਾਖ ਵੀ ਉਹਨਾਂ ਦੇ ਕੰਮ ਜਵਾਖ ਉਹਨਾਂ ਦੇ ਨਾਲ ਸੀ ਉਹਨਾਂ ਦੇ ਅੱਛਾ ਹਾਂ ਮੁੰਡੇ ਉਹਨਾਂ ਦੇ ਨਾਲ ਸਾਬਤ ਨੇ ਤਾ ਬਈ ਕੈਮਰਾਮੈਨ ਨੂੰ ਕਹੂੰਗਾ ਕਿ ਅੱਗੇ ਮੇਰੇ ਨਾਲ ਆ ਜੇ ਤੇ ਬਾਪੂ ਤੂੰ ਵੀ ਮੜਾ ਇਹ ਕੀ ਆ ਪਲਾਂ ਅੱਛਾ ਇਹ ਕਿਹੜੇ ਆਪਣੇ ਐਸਐਸਪੀ ਸਾਹਿਬ ਨੇ ਸੰਗਰੂਰ ਉਹਨਾਂ ਨੂੰ ਇਹਨਾਂ ਨੇ ਐਪਲੀਕੇਸ਼ਨ ਦਿੱਤੀ ਆ 4 ਤਰੀਕ ਨੂੰ ਹੈਨਾ 4 3 2022 ਨੂੰ ਇਹਨਾਂ ਨੇ ਦਿੱਤੀ ਆ ਉਹਨਾਂ ਨੇ ਮਾਰਕ ਕਰਤੀ ਕੈਮਰਾਮੈਨ ਨੂੰ ਕਹਾਂਗੇ ਦਿਖਾ ਦੇਣਾ ਮਾਰਕ ਕਰਤੀ ਉਹਨਾਂ ਨੇ ਐਸਐਚਓ ਸਾਹਿਬ ਮੂਨਕ ਨੂੰ ਕਰਤੀ ਮਾਰਕ ਲਿਖਿਆ ਹੋਇਆ ਦੇਖੋ ਹੈਨਾ ਏ ਦਿੱਤਾ ਵੀ ਆ 45 ਆਫਸ ਦੇ ਰੀਡਰ ਮੁੰਸੀ ਦਾ ਟੈਲੀਫੋਨ ਨੰਬਰ ਹੈ ਨਾ ਦੇਖ ਰਹੇ ਹੋ ਤੁਸੀਂ ਹੈ ਨਾ ਤੇ ਹਰੀ ਸਿੰਘ ਵਾਸੀ ਡੂੜੀਆਂ ਠੀਕ ਹੈ ਤੇ ਹੁਣ ਕੀ ਹੈ ਵੀ ਉਸ ਤੋਂ ਬਾਅਦ ਇਸ ਜਿਹੜੀ ਐਪਲੀਕੇਸ਼ਨ ਦੇ ਉੱਪਰ ਹੈ ਕੋਈ ਵੀ ਕਾਰਵਾਈ ਨਹੀਂ ਹੋਈ ਪੁਲਸ ਨੇ ਬੁਲਾਇਆ ਤੱਕ ਨਹੀਂ ਆਪ ਜਾਂਦਾ ਹੈ ਬਾਪੂ ਇਹ ਤਾਂ ਇਹਨਾਂ ਨੂੰ ਕਹਿੰਦੇ ਨੇ ਕਿ ਸਮਝੌਤਾ ਕਰ ਲਓ ਤੇ ਆਹ ਦੇਖੋ ਤੁਸੀਂ ਪਹਿਲਾਂ ਮੈਂ ਅੱਗੇ ਵੀ ਦਿਖਾ ਦਣਾ ਪਹਿਲਾਂ ਮੈਂ ਗੱਲ ਲੱਗ ਗਈ ਸੀ ਗਾਰਾ ਦੇਖ ਲਓ ਕੈਮਰਾਮੈਨ ਨੂੰ ਕਹੋਗੇ ਕਿ ਦਿਖਾ ਦੇ ਸਾਰਾ ਕਿਸ ਤਰ੍ਹਾਂ ਰਾਉਂਡ ਆਪ ਕਰਕੇ ਕਿਸ ਤਰ੍ਹਾਂ ਮਤਲਬ ਇਹ ਹੈ ਨਾ ਸਾਰੀ ਸਰੋਂ ਨੂੰ ਨਸ਼ਟ ਕਰਤਾ ਇਸ ਤੋਂ ਪਹਿਲਾਂ ਬਾਪੂ ਕਹਿੰਦਾ ਮੱਕੀ ਬੀਜੀ ਜਿਹੜੀ ਮੱਕੀ ਆ ਮੱਕੀ ਵੀ ਪੱਟ ਕੇ ਡੇਗ ਜਾਂਦੇ ਨੇ ਬੰਦੇ ਉਹ ਤੇ ਪੁਲਿਸ ਕੋਲੇ ਜਾਂਦੇ ਨੇ ਪੁਲਿਸ ਕਹਿੰਦੀ ਭਾਈ ਸਮਝੌਤਾ ਕਰ ਲੋ ਆ ਦੇਖੋ ਇੱਧਰ ਆਓ ਮੈਂ ਤੁਹਾਨੂੰ ਦਿਖਾਉਣਾ ਕੈਮਰਾਮੈਨ ਨੂੰ ਕਹੂੰਗਾ ਕਿ ਆ ਦੇਖੋ ਇਹ ਆਮਰੂਦ ਦਾ ਬੂਟਾ ਸੀ ਦੇਖੋ ਇਸ ਤਰ੍ਹਾਂ ਆਮਰੂਦ ਦਾ ਬੂਟਾ ਸੀ ਅਮਰੂਦ ਦੇ ਬੂਟੇ ਦੇ ਉੱਪਰ ਕਿਵੇਂ ਕੋਈ ਗੰਡਾਸਾ ਜਾ ਘਾੜੀ ਮਾਰ ਕੇ ਇਹ ਵੱਟਦਾ ਦੇਖੋ ਵੱਡੇ ਉਸ ਨੂੰ ਸਾਹਮਣੇ ਦਿਖ ਰਹੇ ਨੇ ਨਾ ਤੇ ਇਸ ਤਰ੍ਹਾਂ ਕਰਕੇ ਕਿ ਇਹ ਜੜ ਚੋਂ ਪੱਟਿਆ ਨਹੀਂ ਗਿਆ ਉਹਨਾਂ ਥੋੜਾ ਵੱਡਾ ਬੂਟਾ ਸੀ ਕਿਹੜੇ ਪੱਤੇ ਗਏ ਪਟਕੇ ਡੇਕਦੇ ਉਹਨਾਂ ਨੇ ਤੇ ਬਾਪੂ ਹੁਣ ਤੇਰੀ ਮੰਗ ਕੀ ਹੈ ਤੇਰੀ ਕੀ ਮੰਗ ਹੈ ਤੇਰੀ ਵੀ ਕੀ ਕਾਰਵਾਈ ਪੁਲਸ ਤੇ ਕਾਰਵਾਈ ਕਰਵਾਉਣਾ ਚਾਹੁੰਨਾ ਕੀ ਕਰਵਾਉਣਾ ਚਾਹੁੰਨਾ ਮੰਗ ਕੀ ਹੈ ਵੀ ਕਾਰਵਾਈ ਜਦੋਂ ਜੋ ਜ਼ਰੂਰੀ ਹੈ ਜੀ ਨਹੀਂ ਫੇਰ ਕਰਾਂਗੇ ਕੱਲੂ ਕੰਮ ਹੋਣਾ ਹਾਂ ਨਹੀਂ ਫੇਰ ਕਰਾਂਗੇ ਜੀ ਉਹ ਬੰਦਾ ਵੀ ਮਾਰ ਸਕਿਆ ਜੀ ਫੇਰ ਬੰਦਾ ਵੀ ਮਾਰ ਬਿਲਕੁਲ ਮਾਰ ਸਕਦੇ ਬੰਦਾ ਵੀ ਕਦੋਂ ਬੰਦਾ ਮਾਰ ਕੇ ਪੁਲਸ ਨੇ ਮਾਰ ਕਤਲ ਬਣੀ ਫੜਨਾ ਕਦੋਂ ਪਤਾ ਲੱਗ ਜੇ ਨਾ ਅਗਲੇ ਨੂੰ ਗੇਰ ਪੁਲਸ ਤਾਂ ਕੁਝ ਕਰਦੀ ਨਹੀਂ ਹੈ ਪੁਲਸ ਇਸੇ ਵਾਸਤੇ ਹੁੰਦੀ ਹੈ ਕਿ ਆਪਣ ਗਰੀਬ ਬੰਦਿਆਂ ਦੀ ਰੱਖਿਆ ਵਾਸਤੇ ਕਿ ਯਾਰ ਕੋਈ ਕੋਈ ਕਰਦਾ ਬਦੀ ਕੀ ਕਰਦਾ ਤਾਂ ਉਹਦੇ ਉੱਪਰ ਕਾਰਵਾਈ ਕਰੋ ਪਰ ਹੁਣ ਹੰਕਾਰ ਗਿਆ ਬੰਦਾ ਉਹ ਪਹਿਲਾਂ ਮੱਕੀ ਪੱਟ ਗਿਆ ਕੋਈ ਕਾਰਵਾਈ ਨਹੀਂ ਹੋਈ ਬੂਟੇ ਪੱਟ ਤੇ ਕੋਈ ਕਾਰਵਾਈ ਨਹੀਂ ਰਾਉਂਡ ਅਪ ਕਰਤਾ ਸਰੋਂ ਦੇ ਉੱਪਰ ਕਦੇ ਕੋਈ ਕਾਰਵਾਈ ਨਾ ਹੋਈ ਤਾਂ 60 ਫੀਟ ਮਾਰਨਦਾ ਵੀ ਕੋਈ ਪਤਾ ਨਹੀਂ ਕਿ ਇਹਨਾਂ ਗਰੀਬਾਂ ਦੇ 60 ਫੀਟ ਵੀ ਮਾਰ ਜੇ ਤਾਂ ਇਸੇ ਕਰਕੇ ਜਿਹੜੀ ਪੁਲਿਸ ਹੈ ਨਾ ਮੂਨਕ ਮੂਨਕ ਦੀ ਪੁਲਿਸ ਹੈ ਉਹਨਾਂ ਨੂੰ ਇੱਕ ਅਪੀਲ ਹੈ ਕਿ ਇਸ ਜਿਹੜੀ ਗਰੀਬ ਦੀ ਆ ਜਰੂਰ ਸੁਣੀ ਜਾਵੇ ਕਾਰਵਾਈ ਜ਼ਰੂਰ ਕੀਤੀ ਜਾਵੇ ਕਿਹੜੇ ਬੰਦਿਆਂ ਨੇ ਇਹ ਕੰਮ ਕਰਿਆ ਉਹਨਾਂ ਨੂੰ ਸਜ਼ਾ ਜ਼ਰੂਰ ਦਿੱਤੀ ਜਾਵੇ ਕਾਨੂੰਨ ਦੇ ਵਿੱਚ ਜੋ ਵੀ ਪ੍ਰਬਧਾਨ ਹੈ ਇਸ ਚੀਜ਼ ਦਾ ਕਿ ਕਿਹੜਾ ਇਹ ਕੰਮ ਕਰਦਾ ਉਹਨੂੰ ਇਸ ਦੇ ਇਹ ਕਾਨੂੰਨ ਦੇ ਤਹਿਤ ਜਾਂ ਇਹ ਧਾਰਾ ਲੱਗੂਗੀ ਤਾਂ ਉਹ ਧਾਰਾ ਜ਼ਰੂਰ ਲਾਈ ਜਾਵੇ ਤੇ ਇਹ ਜੋ ਬੰਦੇ ਨੂੰ ਜਲੀਲ ਬੰਦੇ ਨੂੰ ਜੇਲ੍ਹ ਚ ਸੱਟਿਆ ਜਾਵੇ ਕਿਉਂਕਿ ਗੱਲ ਕੁਛ ਵੀ ਆ ਅਗਰ ਕੋਈ ਇਹਦੇ ਨਾਲ ਦੁਸ਼ਮਣੀਆਂ ਜਿਹਨਾਂ ਦੇ ਮੁੰਡਿਆਂ ਨਾਲ ਠੀਕ ਆ ਲੜਾਈ ਝਗੜਾ ਹੋ ਗਿਆ ਬਾਈ ਕਹਿੰਦਾ ਮੇਰੇ ਸੱਟਾਂ ਹੀ ਮਾਰ ਗਏ ਚਲ ਠੀਕ ਆ ਦੁਨੀਆ ਦਾ ਲੜਾਈ ਝਗੜਾ ਹੁੰਦਾ ਉਹ ਕਾਰਵਾਈ ਆ ਕਿਹੜੀ ਇਹਨਾਂ ਨੇ ਚਲ ਥਾਣੇ 'ਚ ਗਏ ਹੋਣਗੇ ਜਾਂ ਨਹੀਂ ਹੋਈ ਉਹ ਵੱਖਰੀ ਗੱਲ ਹੈ ਪਰ ਆਹ ਕੰਮ ਬਹੁਤ ਗਲਤ ਹੈ ਕੀ ਰਾਉਂਡ ਆਫ ਮਾਰਤੀ ਬਾਕੀ ਅਗਰ ਕੋਈ ਬਾਹਰ ਜਿਹੜੇ ਵੀਰ ਹੁੰਦੇ ਨੇ ਕੋਈ ਮਦਦ ਕਰਦੇ ਨੇ ਇਹ ਜਿਹੇ ਗਰੀਬਾਂ ਦੀ ਤਾਂ ਇਹਦਾ ਵਿਚਾਰੇ ਦਾ ਕੋਈ ਹੋਰ ਸਾਧਨ ਵੀ ਨਹੀਂ ਤਾਂ ਇਸ ਬਾਪੂ ਦੀ ਥੋੜੀ ਬਹੁਤ ਮਦਦ ਜ਼ਰੂਰ ਕਰੀ ਜਾਵੇ ਇਹਦਾ ਸਿੱਧਾ ਜਿਹੜਾ ਨੰਬਰ ਆ ਵੀਡੀਓ ਦੇ ਉੱਪਰ ਦੇ ਦੂੰਗਾ ਤੁਹਾਡਾ ਨੰਬਰ ਯਾਦਾ ਬਾਪੂ ਵਾਲਾ ਹਾਂ ਜੀ ਤਾਂ ਦੱਸਿਓ 946636 84255 ਜੀ ਇੱਕ ਵਾਰੀ ਫੇਰ ਬੋਲ ਦਿਓ 946636 84255 ਜੀ ਇਹ ਬਾਪੂ ਦਾ ਨੰਬਰ ਆ ਬਾਪੂ ਦਾ ਨੰਬਰ ਹੈ ਬਾਪੂ ਨਾਲ ਤੁਸੀਂ ਸਿੱਧੀ ਗੱਲ ਕਰ ਸਕਦੇ ਹੋ ਆਗਰ ਕਿਸੇ ਨੇ ਕੋਈ ਗੱਲ ਕਰਨੀ ਹੋਵੇ ਮੁੱਦਾ ਸਮਝਣਾ ਹੋਵੇ ਅੱਛਾ ਬਾਪੂ ਇੱਕ ਵਾਰੀ ਤਰੇ ਤਰੇ ਆਪਾਂ ਫਸਲ ਵਿੱਚ ਦੀ ਸਾਰਾ ਦਿਖਾ ਦਨੇ ਆ ਤੇ ਬਾਪੂ ਮੇਰੀ ਗੱਲ ਸੁਣਾ ਤੇਰੀ ਮਦਦ ਹੋ ਜੂਗੀ ਟੈਨਸ਼ਨ ਨਾ ਲੈ ਤੂੰ ਬਾਕੀ ਤੈਂ ਕੀ ਕਰਨਾ ਇੱਕ ਵਾਰੀ ਤੇ ਫੇਰ ਜਾਣਾ ਹੁਣ ਕੱਲ ਨੂੰ ਐਸਐਸਪੀ ਸਾਹਿਬ ਦੇ ਠੀਕ ਹੈ ਨਾ ਇੱਕ ਵਾਰੀ ਫੇਰ ਆਪਣੀ ਸਾਰੀ ਚੀਜ਼ ਦੱਸੀ ਵੀ ਆ ਮੇਰੇ ਨਾਲ ਕੰਮ ਹੋਇਆ ਮੇਰੀ ਕੋਈ ਕਾਰਵਾਈ ਨਹੀਂ ਹੋਈ ਬਾਕੀ ਤੇਰਾ ਜਿਹੜਾ ਮੁੱਦਾ ਹੈ ਅਸੀਂ ਜ਼ਰੂਰ ਚੱਕਾਂਗੇ ਲੋਕਾਂ ਤੱਕ ਲੋਕਾਂ ਦੀ ਕਚਹਿਰੀ ਦੇ ਵਿੱਚ ਲੈ ਕੇ ਜਾਵਾਂਗੇ ਕੋਈ ਗੱਲ ਨਹੀਂ ਮਨ ਹੌਲਾ ਨਹੀਂ ਕਰਨਾ ਹੈਗਾ ਤੇਰਾ ਹੁਣ ਕੀ ਪੀਜੇਗਾ ਇਹਦੇ ਵਿੱਚ ਅੱਗੇ ਅੱਗੇ ਜਿਹੜਾ ਨਰਮਾ ਬੀਜੂਆ ਫੇਰ ਇਹਨੇ ਫੇਰ ਨਹੀਂ ਛੱਡਣਾ ਹੁਣ ਨਰਮਾ ਬੀਜੇਗਾ ਹਾਂ ਹੁਣ ਤੇਰਾ ਹੌਸਲੇ ਵੀ ਟੁੱਟ ਗਏ ਹੋਣਗੇ ਯਾਰ ਕੀ ਕਰੂੰਗਾ ਬੀਜ ਕਈ ਵਾਰ ਤਾਂ ਪੱਟ ਜਾਂਦੇ ਆ ਕਈ ਵਾਰੀ ਤਾਂ ਪੱਟ ਜਾਂਦੀ ਫੇਰ ਮੈਂ ਕਰੂੰਗਾ ਵੀ ਕੈਮਰਾ ਮੈਨੂੰ ਮਾਰ ਵੀ ਸਕੇ ਮਾਰ ਵੀ ਸਕਦੇ ਨੇ ਹੈ ਨਾ ਹਾਂ ਤੇ ਹੁਣ ਉਹ ਹੀ ਗੱਲ ਹੈ ਕਹਿੰਦਾ ਮੈਂ ਫਸਲ ਬੀਜ ਕੇ ਕੀ ਕਰਾਂ ਨਰਮਾ ਬੀਜਣ ਦੀ ਮੇਰੀ ਸਲਾਹ ਪਰ ਮੈਂ ਬੀਜਾਂ ਕਿਵੇਂ ਪਤਾ ਤਾਂ ਮੈਨੂੰ ਹੈਗਾ ਕਿ ਹੱਲ ਇਹ ਹੀ ਹੋਣਾ ਵੀ ਉਹਨੇ ਪੱਟ ਕੇ ਢੇਕ ਦੇਣਾ ਪੁਲਸ ਨੇ ਕਾਰਵਾਈ ਨਹੀਂ ਕਰਨੀ ਗੱਲ ਵੀ ਠੀਕ ਆ ਇਹੋ ਜਿਹੇ ਬੰਦੇ ਨੇ ਨੱਥ ਪਾਉਣੀ ਬਹੁਤ ਜ਼ਰੂਰੀ ਆ ਤਾਂ ਇੱਕ ਵਾਰੀ ਮੂਨਕ ਪੁਲਸ ਨੂੰ ਫੇਰ ਅਪੀਲ ਲੈ ਕੇ ਇਸ ਗਰੀਬ ਬੰਦੇ ਦੀ ਜਿਹੜੀ ਕਾਰਵਾਈ ਆ ਉਹ ਕਰੀ ਜਾਵੇ ਤੇ ਇਹਦਾ ਕਿਹੜਾ ਹੱਕ ਆ ਉਹ ਜ਼ਰੂਰ ਦਵਾਇਆ ਜਾਵੇ ਮੱਕੀ ਦਾ ਅਮਰੂਦ ਦੇ ਬੂਟਿਆਂ ਦਾ ਨਾਲ ਸਰੋਂ ਦਾ ਜ਼ਰੂਰ ਦਵਾਰ ਜੇ ਅਗਰ ਬਾਪੂ ਤੇਰੀ ਗੱਲ ਕੋਈ ਨਹੀਂ ਸੁਣਦਾ ਤਾਂ ਅਸੀਂ ਤੇਰਾ ਮੁੱਦਾ ਹੋਰ ਵੱਡੇ ਲੈਵਲ ਤੇ ਹੋਰ ਚੱਕਾਂਗੇ ਇੱਕ ਆਏ ਆ ਵੀ ਚਲ ਤੇ ਤੁਸੀਂ ਨੇ ਸਾਡੇ ਨਾਲ ਸੰਪਰਕ ਕਰਿਆ ਅਸੀਂ ਆਏ ਨਹੀਂ ਫਿਰ ਆਪਾਂ ਵੱਡੇ ਲੈਵਲ ਤੇ ਚੱਕਾਂਗੇ ਤੇਰਾ ਮੁੱਦਾ ਤਾਂ ਇਹ ਨਹੀਂ ਸੋਚਣਾ ਵੀ ਤੂੰ ਕੱਲਾ ਠੀਕ ਹੈ ਠੀਕ ਹੈ ਜੀ ਤਾਂ ਦੋਸਤੋ ਅਗਰ ਤੁਸੀਂ ਇਸ ਸੁਣੋ ਇਹ ਚੀਜ਼ ਹੈ ਕਿਹੜੀ ਛੋਟਾ ਵੀ ਕਿਹੜਾ ਦਿਲ ਹੈ ਉਹ ਰੋਇਆ ਜ਼ਰੂਰ ਹੋਊਗਾ ਦੇਖ ਕੇ ਤਾਂ ਤੁਸੀਂ ਜਿਹੜੀ ਇਹ ਗੱਲ ਹੈ ਬਾਪੂ ਦੀ ਆਵਾਜ਼ ਹੈ ਆ ਇਹ ਤੁਸੀਂ ਦੁਨੀਆ ਤੱਕ ਜਰੂਰ ਪਹੁੰਚਾਉਣੀ ਹੈ ਸ਼ੇਅਰ ਜਰੂਰ ਕਰਨੀ ਹੈ ਵੀਡੀਓ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਅਤੇ ਕਿਉਂਕਿ ਆਪਾਂ ਨੇ ਕਾਰਵਾਈ ਕਰਾਉਣੀ ਹੈ ਉਹਨਾਂ ਬੰਦਿਆਂ ਦੇ ਉੱਪਰ ਦੇਖੋ ਕਿੱਥੇ ਕਿੱਥੇ ਬਚ ਗਈ ਨਾ ਸਰੋ ਰਾਉਂਡ ਅਪ ਕਰਨੀ ਉਹ ਸਪਰੇ ਨਹੀਂ ਵੱਜੀ ਉਹਨਾਂ ਕਿੱਥੇ ਉੱਥੇ ਐਵੇਂ ਖੜੀ ਆ ਇਹ ਹੈਨਾ ਕਿ ਕਿੱਥੇ ਕਿੱਥੇ ਵੱਜ ਗਈ ਉੱਥੇ ਫਿਰ ਇਹ ਮਤਲਬ ਆ ਲਾ ਲੋ ਕਿਹੜੀ ਕਾਹ ਫੂਕਣ ਵਾਲੀ ਸਪਰੇ ਹੁੰਦੀ ਆ ਉਹ ਤਾਂ ਫਿਰ ਆਹ ਹਾਲ ਕਰ ਦਿੰਦੀ ਆ ਦੇਖੋ ਆ ਆ ਹਾਲ ਕਰ ਦਿੰਦੀ ਆ ਆ ਕਿਹੜਾ ਕਰਿਆ ਪਿਆ ਹੈਨਾ ਤੇ ਬਾਕੀ ਵੀਡੀਓ ਜਾਣ ਕੇ ਸ਼ੇਅਰ ਜਰੂਰ ਕਰ ਦਿਓ ਧੰਨਵਾਦ